ਹਾਂਜੀ ਬਾਈ, ਕੀ ਹਾਲ ਤੁਹਾਡੇ ਸਾਰਿਆਂ ਦਾ? ਹੋਪ ਕਰਦਾ ਸਾਰਿਆਂ ਨੇ ਵਧੀਆ ਹੋਣਗੇ। ਮੇਰਾ ਨਾਮ ਜਸਮੇਰ ਦੀ, ਅੱਜ ਲੈ ਕੇ ਆਏ ਹੈਗੇ ਆ 2024 ਦੀ ਮਸਟੈਂਗ ਦਾ ਰਿਵਿਊ। ਸੋ ਜਿਵੇਂ ਕਿ ਤੁਸੀਂ ਮੇਰੇ ਚੈਨਲ ਦੇ ਉੱਤੇ ਪਿਛਲੀਆਂ ਵੀਡੀਓ ਵੀ ਕੁਛ ਦੇਖੀਆਂ ਹੋਣੀਆਂ ਨੇ, ਆਪਾਂ ਕੁਛ ਗੱਡੀਆਂ ਦਾ ਰਿਵਿਊ ਕੀਤਾ ਸੀਗਾ, ਬਹੁਤ ਜ਼ਿਆਦਾ ਪਿਆਰ ਮਿਲਿਆ। ਸੋ 2024 ਦੀ ਨਵੀਂ ਮਸਟੈਂਗ ਆਈ ਸੀ, ਮੇਰਾ ਵੀ ਦੇਖਣ ਦਾ ਬਹੁਤ ਜ਼ਿਆਦਾ ਮਨ ਸੀਗਾ, ਅਤੇ ਓਬਵੀਅਸਲੀ ਮੈਨੂੰ ਵੀ ਪਤਾ ਹੈਗਾ ਤੁਹਾਡੇ ਵਿੱਚ ਵੀ ਕਰਾਸਟੀ ਹੋਣੀ ਹੈਗੀ ਹੈ ਕਿ ਯਾਰ ਗੱਡੀ ਦੀ ਕੀ ਕਿਸ਼ਤ ਬਣਦੀ ਹੈ, ਕੀ ਫੀਚਰ ਹੈਗੇ ਆ, ਕੀ ਹਿਸਾਬ ਕਿਤਾਬ ਹੈਗਾ ਆ, ਕਿੰਨੇ ਦੀ ਗੱਡੀ ਹੈਗੀ ਆ। ਅਤੇ ਜੇ ਆਪਾਂ ਇੱਥੇ ਲੈਂਦੇ ਹੈਗੇ ਹਾਂ ਬ੍ਰੈਂਪਟਨ ਦੇ ਵਿੱਚ, ਚਾਹੇ ਆਪਾਂ ਸਟੂਡੈਂਟ ਆ, ਵਰਕ ਪਰਮਿਟ ਦੇ ਉੱਤੇ ਹਾਂ, ਅਤੇ ਆਪਾਂ ਅਫੋਰਡ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ, ਇਹ ਸਾਰੀਆਂ ਗੱਲਾਂ ਦਾ ਰਿਵਿਊ ਅੱਜ ਤੁਹਾਨੂੰ ਆਹ ਵਾਲੀ ਵੀਡੀਓ ਦੇ ਵਿੱਚ ਮਿਲੂਗਾ। ਹੋਪ ਕਰਦਾ ਸਾਰੀ ਇਹ ਤੁਸੀਂ ਵੀਡੀਓ ਪਿੱਛੇ ਤੱਕ ਦੇਖੋਗੇ, ਅਤੇ ਜੇ ਕੁਛ ਨਹੀਂ ਵੀ ਇਹਦੇ ਵਿੱਚ ਪਤਾ ਲੱਗਿਆ ਜਾਂ ਨਹੀਂ ਵੀ ਮੈਂ ਕੁਛ ਦੱਸ ਸਕਿਆ, ਕਮੈਂਟ ਕਰ ਦਿਓ, ਤੁਹਾਨੂੰ ਇਹਦਾ ਰਿਪਲਾਈ ਜਲਦੀ ਮਿਲ ਜੂਗਾ। ਸੋ ਅੱਜ ਆਪਾਂ ਆਏ ਹੈਗੇ ਹਾਂ ਬਾਈ ਜੀ ਆਟੋ। ਇਹ ਕੋਈ ਪੇਡ ਪ੍ਰਮੋਸ਼ਨ ਨਹੀਂ ਹੈਗੀ, ਪੇਡ ਵੀਡੀਓ ਨਹੀਂ ਹੈਗੀ। ਬਾਈ ਹੋਣਾ ਨਾਲ ਪਿਆਰ ਹੈਗਾ ਆ, ਜਦੋਂ ਜੀ ਕਰਦਾ ਆ ਜੀਦਾ, ਬਹਿ ਜੀਦਾ, ਖਾ ਪੀ ਲਈਦਾ, ਘੁੰਮ ਲਈਦਾ ਆ, ਚੱਲ ਜੀਦਾ ਆ, ਗੱਡੀਆਂ ਦੇਖ ਲਈਦੀਆਂ ਆ। ਸੋ ਉੱਦਾਂ ਹੀ 2024 ਦੀਆਂ ਮਸਟੈਂਗਾਂ, ਹੋਰ ਨਵੀਆਂ ਗੱਡੀਆਂ ਇੱਥੇ ਆਈਆਂ ਹੋਈਆਂ ਸੀਗੀਆਂ, ਅਤੇ ਮੈਂ ਕਿਹਾ ਚੱਲ ਆਪਾਂ ਉਹਨਾਂ ਦਾ ਰਿਵਿਊ ਲੈਂਦੇ ਹੈਗੇ ਕਿੱਦਾਂ ਆ। ਆਪਣੇ ਨਾਲ ਬਾਈ ਆ ਗਿਆ ਪਿੱਛੇ। ਹਾਂਜੀ, ਮੈਂ ਕਿਹਾ 2024 ਵਾਲੀ ਗੱਡੀ ਦਾ, ਮੈਂ ਕਿਹਾ ਮਸਟੈਂਗ ਦਾ ਰਿਵਿਊ ਕਰ ਦਈਏ। ਚਲੋ ਮਿਲਦੇ, ਹੁਣ ਗੱਡੀਆਂ ਦੇਖੀਏ, ਅੱਗੇ ਰਿਵਿਊ ਕਰੀਏ, ਤੇ ਤੁਹਾਨੂੰ ਵੀ ਦਿਖਾਉਂਦੇ ਅੱਗੇ ਜਾ ਕੇ ਕੀ ਹਿਸਾਬ ਆ। ਆ ਦੇਖੋ ਜੀ, ਅੱਜ ਆਪਾਂ ਵੀਡੀਓ ਬਣਾਉਣੀ ਹੈਗੀ ਅੰਮ੍ਰਿਤ ਨਾਲ, ਮਸਟੈਂਗ ਦਿਖਾਉਂਦੇ ਆ ਅੱਜ ਤੁਹਾਨੂੰ, ਫਿਰ 24 ਵਾਲੀ। ਹਾਂ, ਤਿਆਰ ਹੋ ਰਹੀ ਹੈ। ਹਾਂਜੀ ਬਈ, ਆਪਾਂ ਮਸਟੈਂਗ ਧਵਾ ਕੇ ਏ ਟੂ ਜੈਡ ਤਿਆਰ ਕਰਕੇ ਖੜੀ ਕਰ ਲਈ ਆ, ਸਾਡੇ ਪਿੱਛੇ ਖੜੀ ਹੋਈ ਆ, ਅਤੇ ਬੈਕ ਕੈਮਰੇ ਤੋਂ ਤੁਹਾਨੂੰ ਦਿਖਾਵਾਂਗੇ। ਇਹ ਆਪਣੇ ਨਾਲ ਬਾਈ ਅੰਮ੍ਰਿਤ ਹੈਗਾ ਆ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬਹੁਤ ਜ਼ਿਆਦਾ ਜ਼ਰੂਰੀ ਹੈਗਾ ਆ। ਇੰਡੀਆ ਜਾਣਾ ਆ, ਲੱਖ ਸਬਸਕ੍ਰਾਈਬਰ ਚਾਹੀਦੇ ਆ, ਦੇਖੋ ਆ ਵੀ ਮੱਖੀ ਆ। ਅਤੇ ਉਸ ਤੋਂ ਇਲਾਵਾ ਕੀ ਕਹਿੰਦੇ ਨੇ, ਇੰਸਟਾਗ੍ਰਾਮ ਦਾ ਜਿਹੜਾ ਹੈਗਾ ਆ ਲਿੰਕ ਤੁਹਾਨੂੰ ਸਾਡੇ ਦੋਨਾਂ ਦਾ ਬਾਇਓ ਦੇ ਵਿੱਚ ਮਿਲ ਜੂਗਾ, ਨਹੀਂ ਤਾਂ ਤੁਸੀਂ ਸਕਰੀਨ ਦੇ ਉੱਤੇ ਵੀ ਦੇਖ ਸਕਦੇ ਆ। ਫੋਲੋ ਜ਼ਰੂਰ ਕਰ ਲਿਓ, ਕੋਈ ਵੀ ਕੁਐਸਚਨ ਹੈਗਾ ਆ ਗੱਡੀ ਦੇ ਰਿਲੇਟਡ, ਚਾਹੇ ਹੋਰ ਪੀਆਰ ਨੂੰ ਰਿਲੇਟਡ, ਚਾਹੇ ਹੋਰ ਕਿਸੇ ਚੀਜ਼ ਨੂੰ ਵੀ ਰਿਲੇਟਡ, ਤੁਸੀਂ ਮੈਨੂੰ ਜਾਂ ਬਾਈ ਨੂੰ ਮੈਸੇਜ ਕਰ ਸਕਦੇ ਹੋ। ਠੀਕ ਹੈ ਬਾਈ, ਪਿੱਛੋਂ ਕਿੱਥੋਂ? ਮੈਂ ਅੰਮ੍ਰਿਤਸਰ ਤੋਂ ਬਾਈ। ਠੀਕ ਹੈ, ਜਿਹੜੇ ਅੰਮ੍ਰਿਤਸਰ ਵਾਲੇ ਹੈਗੇ ਬਾਈ ਨੂੰ ਕਈ ਜੇ ਜਾਣਦੇ ਹੋਊਗੇ ਤਾਂ ਠੀਕ ਹੈ, ਨਹੀਂ ਬ੍ਰੈਂਪਟਨ ਦਾ ਬਾਈ ਨੂੰ ਸਾਰਾ ਤਕਰੀਬਨ ਜਾਣਦਾ ਹੀ ਆ। ਬ੍ਰੈਂਪਟਨ ਵਾਲੇ ਕਿਸੇ ਨੇ ਮਸਟੈਂਗ ਲੈਣੀ ਆ, ਕੋਈ ਵੀ ਕਲਰ, ਚਾਹੇ ਰੈੱਡ ਲੈਣੀ ਆ, ਬਲੈਕ ਲੈਣੀ ਆ, ਤੁਸੀਂ ਜ਼ਰੂਰ ਕੰਟੈਕਟ ਕਰੋ, ਚਾਹੇ ਹੋਰ ਵੀ ਕੋਈ ਵੀ ਗੱਡੀ ਲੈਣੀ ਆ। ਨਾਲੇ ਬਾਈ ਦੀ ਉੱਦਾਂ ਵੀ ਪੱਗ ਵਾਲੀ ਮਿਊਟੀ ਤਾਂ ਮਸ਼ਹੂਰ ਹੋਈ ਗਈ ਸੀ। ਮੈਚਿੰਗ ਹੈ, ਅੱਜ ਮੈਚਿੰਗ ਆਪਣੀ ਹੈ ਨਹੀਂ ਕਿਸੇ ਚੀਜ਼ ਨਾਲ, ਉੱਦਾਂ ਤੁਹਾਨੂੰ ਦਿਖਾ ਦਿੰਦੇ ਹਾਂ ਮਸਟੈਂਗ। ਬਾਕੀ ਤੁਹਾਨੂੰ ਬੈਕ ਕੈਮਰੇ ਤੋਂ ਦਿਖਾਉਣਾ ਹੈ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਚੇਂਜ ਕੀਤੀਆਂ ਨੇ, ਨਾਲੇ ਬਾਈ ਅੰਮ੍ਰਿਤ ਦੱਸੂਗਾ ਵੀ ਕੀ ਫਰਕ ਪਾਇਆ ਹੈਗਾ ਆ, ਅਤੇ ਫਿਰ ਅੰਦਰ ਬੈਠ ਕੇ ਜੋ ਵੀ ਇੰਜਣ ਉਂਜਣ ਸਾਈਜ਼ ਸੂਈਜ਼ ਜੋ ਵੀ ਮਾੜਾ ਮੋਟਾ ਕੁਝ ਫਰਕ ਹੈਗਾ ਦਿਖਾਵਾਂਗੇ। ਕਹਿਣ ਦਾ ਮਤਲਬ ਬਰੀਕੀਆਂ ਦੇ ਵਿੱਚ ਜ਼ਿਆਦਾ ਨਹੀਂ ਜਾਵਾਂਗੇ, ਪਰ ਜੋ ਵੀ ਜਿੰਨਾ ਜਾ ਹੁੰਦਾ ਅਤੇ ਤੁਹਾਨੂੰ ਦਿਖਾਵਾਂਗੇ। ਠੀਕ ਹੈ, ਮਿਲਦੇ ਹਾਂ। ਆਹ ਦੇਖੋ ਜੀ, ਇਹ 24 ਵਾਲੀ ਮਸਟੈਂਗ ਆ, ਬਾਈ ਹੁਣ ਅੰਮ੍ਰਿਤ ਦੱਸੂਗਾ ਵੀ ਕੀ ਫਰਕ ਹੈ। ਸੋ ਦੇਖੋ ਜੀ, ਮੇਨਲੀ ਤਾਂ ਤੁਸੀਂ ਵੇਖੋਗੇ ਆਪਣਾ ਕਿ ਇਹਨਾਂ ਨੇ 3-4 ਸਾਲ ਬਾਅਦ ਸ਼ੇਪ ਚੇਂਜ ਕੀਤੀ ਆ, ਅਤੇ ਇਹਦੀਆਂ ਲਾਈਟਸ ਤੁਸੀਂ ਵੇਖ ਸਕਦੇ ਬਿਲਕੁਲ ਹੀ ਚੇਂਜ ਕਰਤੀਆਂ ਵਾ। ਠੀਕ ਆ, ਅਤੇ ਬਾਕੀ ਫਰੰਟ ਤੋਂ ਵੀ ਬਿਲਕੁਲ ਅਲੱਗ ਆ, ਵਧੀਆ, ਮਤਲਬ ਕਿ ਸ਼ਾਰਪਰ ਲੁੱਕ ਦੇਤੀ ਆ ਹੋਰ। ਅਤੇ ਬਾਕੀ ਸਾਈਡ 'ਤੇ ਆ ਜਾਓ, ਅਗਰ ਸਾਈਡ ਤੋਂ ਦੇਖਿਆ ਜਾਏ ਤਾਂ ਲਾਈਕ ਆਲਮੋਸਟ ਸੇਮ ਹੀ ਲੱਗਦੀ ਆ, ਮਤਲਬ ਸਾਈਡ ਤੋਂ ਸ਼ੇਪ ਜਿਹੜੀ ਹੈਗੀ ਆ ਉੱਦਾਂ ਹੀ ਆ। ਅਤੇ ਹੁਣ ਆਪਾਂ ਪਿੱਛੇ ਦਿਖਾਉਂਦੇ ਹਾਂ, ਮੋਹਰੇ ਲਾਈਟਾਂ ਕੋਡ ਵਾਲੀਆਂ ਲੱਗਦੀਆਂ, ਕੋਡ ਵੀ ਖੜੀ ਕਰਦੀ ਆ, ਮੋਹਰੇ ਕੋਡ ਖੜੀ ਕਰ ਦੋਗੇ ਅਤੇ ਇਹਨੂੰ ਖੜੀ ਕਰ ਦੋਗੇ ਥੋੜ੍ਹਾ ਲੱਗਦਾ ਸੇਮ। ਅਤੇ ਪਰ ਜਿਹੜੀ ਪਿੱਛੋਂ ਆ, ਲਾਈਕ ਕਈਆਂ ਨੂੰ ਤਾਂ ਬਹੁਤ ਪਸੰਦ ਆ, ਅਤੇ ਕਈਆਂ ਨੂੰ ਥੋੜ੍ਹਾ ਲੱਗਦਾ ਕਿ ਨਹੀਂ ਵਿੱਚ ਜੇ ਵਾੜਤੀ ਆ, ਪਰ ਉੱਦਾਂ ਵਧੀਆ ਵਾ ਪਿੱਛੋਂ। ਦੇਖੋ ਤੁਸੀਂ ਪਿੱਛੋਂ ਜਿਹੜੀ ਚੇਂਜ ਕਰਤੀ ਇਹਨਾਂ ਨੇ ਸ਼ੇਪ, ਜਿਹੜੀ ਆਹ ਚੀਜ਼ ਆਪਣਾ ਪਹਿਲਾਂ ਹੁੰਦੀ ਸੀ ਸਿੱਧੀ, ਇਹਨਾਂ ਨੇ ਹੁਣ ਐਮ ਵਿੱਚ ਕਰਤੀ ਆ। ਅਤੇ ਜੇਕਰ ਆਪਾਂ ਇਹਦੀ ਬੂਟ ਸਪੇਸ ਦੀ ਗੱਲ ਕਰੀਏ ਤੇ ਇਹ ਆਲਮੋਸਟ ਸੇਮ ਹੀ ਅੰਦਰੋਂ, ਕੋਈ ਜ਼ਿਆਦਾ ਫਰਕ ਨਹੀਂ ਹੈਗਾ। ਹਾਂਜੀ, ਬਾਹ ਪਿੱਛੋਂ ਇਹ ਚਿੱਬ ਜਿਹਾ ਪਾਤਾ ਇੱਥੋਂ ਇੱਦਾਂ ਕਰਕੇ, ਬਸ ਉਹੀ ਆ। ਬਾਕੀ ਆ ਜਾਓ ਅੰਦਰੋਂ ਵੇਖ ਲੈਂਦੇ ਹਾਂ। ਬਾਕੀ ਸਾਈਜ਼ ਸੂਈਜ਼ ਅਲੋਏ ਲੋਏ ਇਹ ਉਹ ਸਾਰੇ ਸੇਮ? ਹਾਂ, ਅਲੋਏ ਜਿਹੜਾ ਹੈਗਾ ਉਹ ਸੇਮ ਆ, ਇਹਦੇ ਵਿੱਚ ਅਲੋਏ ਬਾਅਦ 'ਚ ਕਸਟਮ ਪੈਂਦੇ ਆ, ਤਾਂ ਮਤਲਬ ਕਿ ਨੋਰਮਲ ਅਲੋਏ। ਇਹ ਤੁਸੀਂ ਆਪਣੇ ਹਿਸਾਬ ਨਾਲ ਕਸਟਮਾਈਜ਼ ਵੀ ਕਰਾ ਸਕਦੇ ਜੋ ਤੁਸੀਂ ਮਤਲਬ ਕਿ ਨਵੀਂ ਲੈਂਦੇ ਨਾ ਬ੍ਰੈਂਡ ਨਿਊ, ਅਤੇ ਏਜੰਸੀ ਤੋਂ ਅਗਰ ਤੁਸੀਂ ਬੁੱਕ ਕਰਦੇ ਤਾਂ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰਾ ਸਕਦੇ ਹੋ ਤੁਸੀਂ ਸਾਈਜ਼ ਵਗੈਰਾ। ਠੀਕ ਹੈ, ਠੀਕ ਹੈ। ਅੰਦਰ ਅੰਦਰ ਦਿਖਾਉਂਦੇ ਸਭ ਤੋਂ ਪਹਿਲਾਂ ਇੱਧਰਲੇ ਪਾਸੇ ਵੀ ਕੀ ਫਰਕ ਹੈ। ਆਹ ਦੇਖੋ ਜੀ, ਆ ਅੰਦਰਲੇ ਪਾਸੇ ਇਹਦੀ ਕੀ ਕਹਿੰਦੇ ਨੇ ਡਿਸਪਲੇ ਸਾਈਜ਼ ਵੱਡਾ ਕਰਤਾ ਆ।
ਨਹੀਂ ਦੇਖਿਆ ਹੋਣਾ ਕਦੀ। ਵਧੀਆ ਪੂਰਾ ਸਾਫ ਸੋਹਣਾ ਹੈਗਾ ਜੀ। 2.3 ਲੀਟਰ ਦਾ ਇੰਜਨ ਹੈ ਤੇ V4 ਇਕੋ ਬੂਸਟ ਹੈ, ਮਤਲਬ ਕਿ ਆਪਣਾ ਬੇਸ ਮਾਡਲ ਆ। ਤੇ ਇਸ ਤੋਂ ਉੱਪਰ ਤੁਹਾਨੂੰ ਉਹਦੇ ਵਿੱਚ ਅਗਰ ਤੁਸੀਂ ਜਾਓਗੇ ਇਹਦੇ ਵਿੱਚ GT ਵੀ ਮਿਲ ਜਾਂਦੀ ਆ। ਤੇ ਜਿਹੜੀ ਸਭ ਤੋਂ ਮਤਲਬ ਕਿ ਟੋਪਰਲਾ ਮਾਡਲ ਆ ਬਲੈਕ ਹੋਰਸ ਆ, ਉਹ ਮਤਲਬ ਕਿ ਨੈਕਸਟ ਲੈਵਲ ਹੈ ਚੀਜ਼। ਅਤੇ ਇਹ ਇਸ ਟਾਈਮ ਮਤਲਬ ਕਿ ਬੇਸ ਮਾਡਲ ਆ। ਆਜੋ ਅੰਦਰੋਂ ਹੀ ਦੇਖਦੇ, ਚਲੇ ਕਵਰ ਲੱਗਣ ਵਾਲਾ ਵਾ, ਕਵਰ ਉਤਾਰਿਆ ਹੋਇਆ, ਕਵਰ ਲੱਗਿਆ ਨਹੀਂ ਹੋਇਆ। ਠੀਕ ਹੈ ਜੀ, ਸਟੇਅਰਿੰਗ ਦਿਖਾਉਣਾ ਤੁਹਾਨੂੰ। ਜੋ ਤਾਕੀ ਖੋਲਦੇ ਆਵਾਜ਼ ਆਉਂਦੀ ਪੂਰੀ, ਮਿਊਜ਼ਿਕ ਪੂਰੀ ਲਗਜ਼ਰੀ ਫੀਲ ਪਾਤੀ ਇਹਨਾਂ ਨੇ। ਇੱਥੋਂ ਬਟਨ ਚੱਕਦੇ ਆ, ਬੈਠੋ ਇੱਧਰ ਹੀ ਬੈਠੋ ਤੁਸੀਂ, ਮੈਂ ਬਹਿਣਾ ਇੱਧਰ। ਆਜੋ ਆ ਦੇਖੋ ਜੀ, ਹੁਣ ਬੰਦ ਕਰਕੇ ਔਨ ਕਰਨ ਲੱਗੇ ਹਾਂ। ਅਤੇ ਹੁਣ ਇਸ ਵੇਲੇ ਤਾਕੀ ਖੋਲ੍ਹ ਕੇ ਸਾਰੀ ਬੰਦ ਹੋ ਗਈ ਹੈ। ਹੁਣ ਅਗਰ ਇਹਨੂੰ ਔਨ ਕਰਦੇ ਹਾਂ, ਮਿਊਜ਼ਿਕ ਸਿਸਟਮ ਹੁੰਦਾ ਨਾ ਜਿਹੜਾ, ਮਿਊਜ਼ਿਕ ਆਉਂਦਾ ਸਟਾਰਟ ਕਰਨ ਲੱਗੇ, ਵਧੀਆ ਲੱਗਦੀ ਹੈ। ਇਹਦੇ ਵਿੱਚ ਸਟੇਅਰਿੰਗ ਦੇ ਉੱਤੇ ਕੀ ਕਹਿੰਦੇ ਮੋਡਸ ਵਗੈਰਾ ਦਿੱਤੇ ਆ ਸਾਰੇ। ਜਿਹੜੀ ਸਟੀਅਰਿੰਗ ਦੀ ਮੇਨ ਚੀਜ਼ ਆ ਨਾ, ਇਹਨਾਂ ਨੇ ਆਹ ਚੀਜ਼ ਵਿੱਚੋਂ ਚੇਂਜ ਕਰਤੀ ਹੈ। ਜਿੱਦਾਂ ਪਹਿਲਾਂ ਹੁੰਦੇ ਸੀ ਆਪਣਾ ਗੋਲ ਹੁੰਦੇ ਸੀ, ਆਹ ਸ਼ੇਪ ਚੇਂਜ ਕਰਤੀ ਹੈ ਜਿਹੜੀ, ਪੂਰੀ ਸਟੀਅਰਿੰਗ ਮਤਲਬ ਕਿ ਆਲਮੋਸਟ ਚੇਂਜ ਕਰਤਾ ਵਾ ਸਾਰਾ। ਅਤੇ ਅਗਰ ਇਹਦੀ ਡਿਜੀਟਲ ਕਲੱਸਟਰ ਦੀ ਗੱਲ ਕੀਤੀ ਜਾਏ, ਇਹ ਆਪਣਾ ਪਾਤਾ 12.4 ਇੰਚ ਦਾ ਡਿਜੀਟਲ ਕਲੱਸਟਰ ਆ, ਅਤੇ ਵਧੀਆ ਵਾ। ਅਤੇ ਇੱਧਰ ਆਪਣੀ ਸਕਰੀਨ ਵੀ ਇਹਨਾਂ ਨੇ ਪੂਰੀ ਵੱਡੀ ਕਰਤੀ ਆ, ਇਹ 13.2 ਇੰਚ ਦੀ ਆ। ਅਤੇ ਇਹਦੇ ਵਿੱਚ ਤੁਹਾਨੂੰ ਸਾਰੇ ਫੀਚਰ ਮਿਲ ਜਾਂਦੇ ਆ, ਮਤਲਬ ਕਿ ਜੋ ਵੀ ਕਾਰਪਲੇ ਵਗੈਰਾ ਹਰ ਇੱਕ ਚੀਜ਼ ਹੋਰ ਵੀ ਸਾਰਾ ਕੁਝ ਆਉਂਦਾ ਇਹਦੇ ਵਿੱਚ। ਇਸ ਤੋਂ ਵੱਡੀ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਆ ਵੀ ਇਹ ਪੂਰੀ ਜਿਹੜੀ ਹੈਗੀ ਸਕਰੀਨ ਇਕੱਠੀ ਹੋਊਗੀ, ਜੁੜੀ ਹੋਈ ਹੈ ਨਾ। ਹਾਂ, ਜਿਹੜੇ ਉੱਪਰ ਵਾਲੇ ਮਾਡਲ ਹੈ ਇਹਦੇ ਉੱਪਰ, ਅਤੇ ਉਹਦੇ ਵਿੱਚ ਜਿਹੜੀ ਆਹ ਸਕਰੀਨ ਜਿਹੜੀ ਹੈਗੀ ਆ, ਇਹ ਗੈਪ ਨਹੀਂ ਹੋਊਗਾ, ਸਾਰੀ ਇੱਕ ਸਕਰੀਨ ਹੋਊਗੀ ਪੂਰੀ। ਠੀਕ ਹੈ, ਹਾਂਜੀ। ਬਾਕੀ ਕੀ ਕਹਿੰਦੇ ਇਹਦੇ ਆ ਵੀ ਚੇਂਜ ਕੀਤੇ ਹੈਗੇ, ਜਿਹੜੇ ਪਹਿਲਾਂ ਇੱਥੇ ਨਿਬ ਜੀ ਬਣੀ ਹੁੰਦੀ ਸੀ ਉਹ ਜਿਹੜੀ ਫੀਲ ਸੀ ਉਹ ਵਧੀਆ ਸੀ ਹੈ ਨਾ। ਹੁਣ ਮੇਰੇ ਕੋਲ ਜਿੱਦਾਂ ਮੁਸਟੈਂਗ ਆ, ਉਹਦੇ ਵਿੱਚ ਸਾਰੀਆਂ ਆਪਾਂ ਕਰਦੇ ਆ ਜਿਹੜੀ ਆਹ ਫੀਲ ਹੁੰਦੀ ਆ, ਇਹਨਾਂ ਨੇ ਸਿੰਪਲ ਇੱਦਾਂ ਬਟਨ ਲਾਉਂਦੇ ਆ, ਅਤੇ ਉਹ ਚੀਜ਼ ਗੁੱਡ ਸੀ। ਜਿਵੇਂ ਇੱਥੇ ਆਹ ਦੇਖੋ ਦਿਖਦਾ ਪਿਆ ਔਨ ਆਫ ਦਾ ਯਾ, ਇਹਦੇ ਅੰਦਰ ਬਹਿ ਕੇ ਤੁਹਾਨੂੰ ਲੱਗਦਾ ਤੁਸੀਂ ਹੋਰ ਕੋਈ ਗੱਡੀ ਕਰ ਰਹੇ ਡਰਾਈਵ, ਮਤਲਬ ਕਿ ਮੁਸਟੈਂਗ ਦੀ ਉਨੀ ਜ਼ਿਆਦਾ ਫੀਲ ਨਹੀਂ ਆਉਂਦੀ। ਬਟ ਇੱਥੇ ਕੀ ਕਹਿੰਦੇ ਇਹਨਾਂ ਨੇ ਫੋਟੋ ਬੜੀ ਵਧੀਆ ਲਾਈ ਹੋਈ ਹੈ। ਬਾਕੀ ਆਹ ਫੋਟੋਆਂ ਮਤਲਬ ਕਿ ਅਗਰ ਤੁਸੀਂ ਵੇਖੋ, ਗੱਡੀ ਦਾ ਵੀ ਕਲਰ ਚੇਂਜ ਹੋ ਗਿਆ ਇਧਰੋਂ? ਨਹੀਂ ਨਹੀਂ, ਇਹ ਗੱਡੀ ਦਾ ਨਹੀਂ ਹੈ। ਐਂਬੀਅੰਸ ਲਾਈਟਿੰਗ, ਹਾਂ ਐਂਬੀਅੰਸ ਲਾਈਟਿੰਗ ਨੇਰੇ ਵਿੱਚ ਲੱਗਣਾ ਹੁੰਦਾ ਇਦਾਂ ਦੇ ਬਾਅਦ। ਅੱਛਾ, ਟੈਂਪਰੇਚਰ ਵੀ ਹਾਈ ਹੋ ਗਿਆ ਪੂਰਾ। ਵਧੀਆ, ਅੱਛਾ, ਸਾਰੀ ਐਂਬੀਅੰਸ ਲਾਈਟਿੰਗ ਸਕਰੀਨ ਦੇ ਨਾਲ ਹੀ ਅਟੈਚ ਹੈ। ਇੱਕ ਇਹਦਾ ਚੇਂਜ ਕਰਤੇ ਆ ਜਿਹੜੇ ਇਵੈਂਟ ਦੀ ਸ਼ੇਪ ਹੁੰਦੀ ਸੀ ਤੁਸੀਂ ਵੇਖ ਸਕਦੇ, ਪਹਿਲਾਂ ਉਹਦੇ ਵਿੱਚ ਹਨਾ ਗੋਲ ਹੁੰਦੇ ਸੀ ਜਿਹੜੇ, ਅਤੇ ਇਹ ਸ਼ੇਪ ਚੇਂਜ ਕਰਤੀ ਇਹਨਾਂ ਨੇ ਇਹਨਾਂ ਦੀ ਵੀ। ਅਤੇ ਇੱਕ ਮੇਨ ਫੀਚਰ ਇਹਨਾਂ ਨੇ ਵਿੱਚ ਜਿਹੜਾ ਐਡ ਕਰਤਾ ਵਾ ਲੇਨ ਅਸਿਸਟ, ਉਹ ਕੋਈ ਮਿਸਟੈਂਗ ਦੇ ਵਿੱਚ ਨਹੀਂ ਸੀਗਾ। ਮਿਸਟੈਂਗ ਦੇ ਵਿੱਚ ਹੁੰਦਾ ਸੀ ਜਿਹੜਾ ਲੇਨ ਅਸਿਸਟ ਨਹੀਂ ਹੁੰਦਾ ਸੀ, ਅਤੇ ਹੁਣ ਇਹਨਾਂ ਨੇ ਲੇਨ ਅਸਿਸਟ ਪਾਤਾ ਵਾ ਲਾਈਕ ਸਪੋਰਟਸ ਗੱਡੀ ਵਿੱਚ। ਹੀਟ ਜੀ ਆਉਣ ਲੱਗ ਪਈ ਨਾ, ਟੈਂਪਰੇਚਰ ਇੱਧਰੋਂ ਲੋ ਆ, ਫੈਨ ਸਪੀਡ। ਸੋ ਵਧੀਆ, ਕਾਫੀ ਵੱਡੀ ਡਿਸਪਲੇ ਆ ਜੇਕਰ ਆਪਾਂ ਜਾਈਏ। ਆਡੀਓ ਅਗਰ ਤੁਸੀਂ ਫੋਨ ਕਨੈਕਟ ਕਰਨਾ ਆਪਣਾ, ਆਵਾਜ਼ ਇਹਦੀ ਚੈੱਕ ਕਰ ਲਓ ਇੱਧਰ। New Capital Radio.ca, a great public education can open doors. ਬਾਕੀ ਮੇਨ ਗੱਲ ਜਿਹੜੀ ਹੈਗੀ ਮੈਨੂੰ ਵਧੀਆ ਲੱਗੀ ਆ, ਦੇਖੋ ਇਹ ਆ ਹੋ ਗਿਆ ਹੁਣ ਸਪੋਰਟਸ ਚ। ਅੱਛਾ, ਆਪਣਾ ਆ ਗਿਆ ਟ੍ਰੈਕ ਚ, ਆ ਗਿਆ ਨਾ। ਅਤੇ ਇੱਥੋਂ ਵੀ ਕੀ ਕਹਿੰਦੇ ਅਗਰ ਮੋਡ ਚੇਂਜ ਕਰਦੇ ਆ ਤਾਂ ਦੇਖੋ, ਨਾਲੇ ਗੱਡੀ ਬਣੀ ਜਾਂਦੀ ਹੈ, ਨਾਲੇ ਨੋਰਮਲ ਮੋਡ ਹੈ। ਏ ਸੀ ਵਾਲੀ ਕਰੋ, ਨੋਰਮਲ ਕਸਟਮ ਸਲਿਪਰੀ ਮੋਡ, ਸਨੋਅ ਸਨੋਅ ਦੇ ਵਿੱਚ ਡਰੈਗ ਵਾਲੀ ਆ ਗਈ ਸਨੋਅ ਵਿੱਚ, ਅਤੇ ਇਹ ਵੇਖੋ ਕਿੱਦਾਂ ਚੱਲਦੀ ਆ। ਬਾਕੀ ਉਸ ਟਾਈਮ 'ਤੇ ਕਰਦੇ ਹਾਂ ਥੋੜ੍ਹਾ ਖਰਾਬ। ਅਤੇ ਇੱਕ ਆਪਣਾ ਆਹ ਵੀ ਜਿਹੜੀ ਹੈਗੀ ਆ ਵੀਲ, ਪਹਿਲਾਂ ਇੱਥੇ ਹੁੰਦੀ ਸੀ ਆਪਸ਼ਨ ਕਿ ਆਪਾਂ ਕਿਹੜਾ ਕਰਨਾ ਵਾ, ਸਪੋਰਟਸ 'ਚ ਕਰਨਾ ਜਾਂ ਨੋਰਮਲ ਕਰਨਾ।
ਸਟੀਅਰਿੰਗ ਦਾ ਜਿਹੜਾ ਕੰਟਰੋਲ ਹੁੰਦਾ ਸੀਗਾ ਹੁਣ ਇੱਥੇ ਆ ਗਈ ਹੈ ਗੋਡਾ ਚੀਜ਼ ਆ ਵੇਖੋ ਸਟੀਅਰਿੰਗ ਜਿਹੜਾ ਹਾਰਡ ਲਾਈਟ ਹੀ ਹੈ ਉਹ ਸਾਰਾ ਹੁੰਦਾ ਹੈ ਆ ਦੇਖੋ ਜਿਵੇਂ ਏਸੀ ਦਾ ਮੋਡ ਚੇਂਜ ਕਰਦੇ ਸੀਗੇ ਤੇ ਇਹਦੇ ਵਿੱਚ ਤੁਹਾਨੂੰ ਪਤਾ ਲੱਗਦਾ ਬਈ ਕਿੱਧਰੋਂ ਹੁੰਦੀ ਆ ਵਾ ਵਧੀਆ ਗੁੱਡ ਚੀਜ਼ ਆ ਇਹ ਵਾਲੇ ਬੰਦੇ ਕਨਫਿਊਜ਼ ਹੁੰਦੇ ਆ ਫਿਰ ਵੀ ਤੇ ਇਹਦੇ ਵਿੱਚ ਦਿਖਾ ਦਿੰਦੇ ਐਨੀਮੇਸ਼ਨ ਲਾ ਕੇ ਕਿੱਧਰੋਂ ਹੁੰਦੀ ਆ ਹੁਣ ਥੱਲੇ ਹੁੰਦੀ ਪੂਰੀ ਇਹ ਵੀ ਗੁੱਡ ਚੀਜ਼ ਆ ਸੋ ਹੱਲੇ ਵੀ ਕੀ ਕਹਿੰਦੇ ਨੇ ਨਵੀਆਂ ਨਵੀਆਂ ਚੀਜ਼ਾਂ ਕਈ ਸਮਝਣ ਨੂੰ ਔਖੀਆਂ ਹੋ ਰਹੀਆਂ ਨੇ ਬਾਕੀ ਆ ਦੇਖੋ ਇਹਦੇ ਵਿੱਚ ਆਟੋਮੈਟਿਕ ਲਾਤੀ ਹੈ ਇਹ ਪਾਰਕਿੰਗ ਬ੍ਰੇਕ ਆ ਤੇ ਇਹ ਵੀ ਲਾਤੀ ਇਹਨਾਂ ਨੇ ਇੱਥੇ ਬਾਕੀ ਇੱਥੇ ਸੀ ਟਾਈਪ ਜਿਹੜੀ ਹੈਗੀ ਆ ਵਾਇਰ ਲਾਉਣ ਵਾਸਤੇ ਉਹ ਵੀ ਕਰਤਾ ਵਾ ਤੇ ਆਪਣੀ ਯੂ ਐਸ ਬੀ ਵੀ ਹੈਗੀ ਆ ਤੇ ਬਾਕੀ ਇਹਦੀ ਕੁਆਲਿਟੀ ਜਿਹੜੀ ਹੈਗੀ ਪਹਿਲਾਂ ਮਸਟੈਂਗਾਂ ਦੇ ਵਿੱਚ ਵੀ ਇੱਦਾਂ ਸੀਗੀ ਇਹ ਜਿਹੜੀ ਲੱਗੀ ਹੋਈ ਮਟੀਰੀਅਲ ਵਗੈਰਾ ਮਟੀਰੀਅਲ ਦਾ ਮਤਲਬ ਕਿ ਇਹਦੇ ਵਿੱਚ ਤਾਂ ਹਾਲੇ ਬੇਸ ਮਤਲਬ ਕਿ ਇੰਨਾ ਫਰਕ ਨਹੀਂ ਕੀਤਾ ਆਲਮੋਸਟ ਅਗਰ ਤੁਸੀਂ ਫਰੰਟ ਦਾ ਵੇਖਿਆ ਜਾਏ ਸਾਰੀਆਂ ਚੀਜ਼ਾਂ ਚੇਂਜ ਕਰਤੀਆਂ ਵਾ ਅਗਰ ਸਟੇਅਰਿੰਗ ਹੋਏ ਜਾਂ ਸਕਰੀਨ ਹੋਣ ਉਹ ਚੇਂਜ ਕਰਤਾ ਵਾ ਪੂਰਾ ਅਤੇ ਅਗਰ ਤੁਸੀਂ ਉੱਪਰਲੇ ਮਾਡਲ ਵਿੱਚ ਜਾਓਗੇ ਉਹਦੇ ਵਿੱਚ ਤੁਹਾਨੂੰ ਲੈਦਰ ਸੀਟਾਂ ਵਗੈਰਾ ਸਾਰਾ ਕੁਝ ਮਿਲਦਾ ਵਾ ਆਰ ਪੀ ਐਮ ਦੇਖੋ ਦੇਖਦੇ ਪਏ ਆ ਬਾਕੀ ਪਿੱਛੇ ਉੱਦਾਂ ਹੀ ਆ ਜਦ ਬੰਦਾ ਕੀ ਕਹਿੰਦੇ ਨੇ ਸੀਟਾਂ ਵੀ ਪਿੱਛੇ ਉੱਦਾਂ ਹੀ ਨਾ ਪਿੱਛੋਂ ਸੇਮ ਆ ਸਾਰੀ ਮਤਲਬ ਕਿ ਸੀਟਾਂ ਜੋ ਵੀ ਸਾਰਾ ਹੁੰਦਾ ਇਹ ਜਿੱਦਾਂ ਉਂਗਲਾਂ ਦੇ ਘੁੰਮਦੀ ਆ ਨਾ ਦੂਜੀਆਂ ਨਹੀਂ ਘੁੰਮਦੀ ਏਦਾਂ ਸੌਖੀਆਂ ਅੱਛਾ ਠੀਕ ਹੁਣ ਸੋ ਅੰਦਰੋਂ ਬਾਹਰੋਂ ਤਾਂ ਗੱਡੀ ਸਾਰੀ ਤੁਹਾਨੂੰ ਦਿਖਾਤੀ ਹੈ ਹਨਾ ਤੇ ਹੁਣ ਇਹਦਾ ਜਿਹੜਾ ਅਸਲ ਦਾ ਰਿਵਿਊ ਹੈਗਾ ਉਹ ਆਪਣਾ ਬਾਈ ਦਊਗਾ ਭਾਈ ਕੋ ਵੀ ਮਸਟੈਂਗ ਹੈਗੀ ਆ ਕਨਵਰਟੇਬਲ ਤੇ ਇਹਨਾਂ ਨੇ ਵੀ ਇੱਥੋਂ ਹੀ ਲਈ ਹੋਈ ਆ ਤੇ ਹੁਣ ਇਹ ਚਲਾਉਂਦੇ ਵੀ ਹੈਗੇ ਇੱਥੇ ਕਈ ਵਾਰ ਤੇ ਦੇਖਦੇ ਹਾਂ ਵੀ ਕੀ ਰਿਵਿਊ ਆ ਮੇਰੇ ਹਿਸਾਬ ਨਾਲ ਤਾਂ ਗੱਡੀ ਵਧੀਆ ਠੀਕ ਹੈ ਪਹਿਲੇ ਵਾਲੀ ਵੀ ਮੈਂ ਚਲਾਈ ਆ ਬਟ ਇਹਦੀ ਥੋੜ੍ਹੀ ਲੁਕਸ ਵਗੈਰਾ ਵਧੀਆ ਆ ਸਟੀਅਰਿੰਗ ਹੈਂਡਲ ਵਗੈਰਾ ਘੈਂਟ ਹੈਗਾ ਆ ਹਨਾ ਤੇ ਪਿੱਛੋਂ ਜਿਹੜੀ ਹੈਗੀ ਆ ਉਹ ਤਾਂ ਉੱਦਾਂ ਹੀ ਮਤਲਬ ਦੋ ਜਾਣਿਆਂ ਵਾਸਤੇ ਹੀ ਹੈ ਹੁਣ ਮੈਂ ਪੂਰੀ ਸੀਟ ਪਿੱਛੇ ਕੀਤੀ ਤਾਂ ਜਗ੍ਹਾ ਜਮਾਂ ਹੀ ਨਹੀਂ ਰਹੀ ਪਿੱਛੇ ਇਹ ਚੀਜ਼ ਸੇਮ ਹੀ ਰਹਿਣੀ ਮਸਟੈਂਗ ਦੀ ਜਿਹੜੀ ਹੈਗੀ ਆ ਤੇ ਇਹਦੇ ਵਿੱਚ ਐਕਸਪੀਰੀਅੰਸ ਮੇਰਾ ਇੱਦਾਂ ਵਾ ਕਿ ਜੇਕਰ ਮੈਂ ਕੰਪੇਅਰ ਕੀਤਾ ਜਾਵੇ ਜਿਹੜੀ ਮੇਰੇ ਕੋਲ ਮਸਟੈਂਗ ਤੇ ਜਿਹੜੀ ਆਪਣੀ ਹੁਣ 24 ਵਾਲੀ ਆਈ ਆ ਮੇਨ ਚੀਜ਼ ਤੇ ਇਹਦੇ ਵਿੱਚ ਹੈਗੀ ਆ ਕਿ ਆਪਣਾ ਲਗਜ਼ਰੀ ਐਡ ਕਰਤੀ ਆ ਇਹਦੇ ਵਿੱਚ ਹਨਾ ਮਤਲਬ ਕਿ ਇੰਨੀਆਂ ਇੰਨੀਆਂ ਸਕਰੀਨਾਂ ਲਾਤੀਆਂ ਜਾਂ ਸਟੀਅਰਿੰਗ ਦੇ ਵਿੱਚ ਵੇਖਿਆ ਜਾਏ ਮਤਲਬ ਕਿ ਜ਼ਿਆਦਾ ਕੰਫਰਟੇਬਲ ਆ ਤੇ ਬਾਕੀ ਜਿਹੜੀ ਸਪੋਰਟਸ ਆ ਚੀਜ਼ ਹੁਣ ਮਤਲਬ ਕਿ ਇੱਕ ਦੋ ਵਾਰੀ ਉੱਦਾਂ ਚਲਾਈ ਆ ਰੋਡ ਤੇ ਪਰ ਜਿਹੜੀ ਮੈਂ ਆਪਣੀ ਵਾਲੀ ਚਲਾਉਣਾ ਜਿੱਦਾਂ ਖਿੱਚ ਕੇ ਹਨਾ ਪੂਰੀ ਐਂ ਸਪੋਰਟਸ ਵਾਲੀ ਥੋੜ੍ਹੀ ਫੀਲਿੰਗ ਆਉਂਦੀ ਆ ਤੇ ਇਹਦੇ ਵਿੱਚ ਜਦੋਂ ਬਹਿ ਜਾਈਏ ਤੇ ਐਂ ਲੱਗਦਾ ਵਾ ਮਤਲਬ ਕਿ ਕੋਈ ਹੋਰ ਲਗਜ਼ਰੀ ਗੱਡੀ 'ਚ ਬੈਠੇ ਹਾਂ ਮਸਟੈਂਗ ਦੀ ਇੱਦਾਂ ਮਤਲਬ ਕਿ ਨੋਰਮਲੀ ਘੱਟ ਉੱਦਾਂ ਆਉਂਦੀ ਆ ਫੀਲ ਬਾਕੀ ਆਪਾਂ ਨੂੰ ਮੇਰੇ ਖਿਆਲ ਪੁਰਾਣੀਆਂ ਮਸਟੈਂਗਾਂ ਜਿਹੜੀਆਂ ਹੈਗੀਆਂ ਉਹ ਤਾਂ ਵੀ ਇੱਦਾਂ ਨਾ ਕਿਉਂਕਿ ਸੈਂਟਰ ਦੇ ਵਿੱਚ ਕਈਆਂ ਦੇ ਵਿੱਚ ਪੁਰਾਣੀਆਂ 'ਚ ਛੋਟੀ ਸਕਰੀਨ ਲੱਗੀ ਸੀ ਫਿਰ ਉਸ ਤੋਂ ਬਾਅਦ ਵੱਡੀ ਸਕਰੀਨ ਕਰਤੀ ਹਾਂ ਜਿਹੜੀ ਉਹ ਥੋੜਾ ਭਰਮਾ ਭਰਮਾ ਜਿਹਾ ਲੱਗਦਾ ਪਿਆ ਸੀ ਕਿਉਂਕਿ ਉਹ ਸਕਰੀਨ ਹੀ ਥੱਲੇ ਹੁੰਦੀ ਸੀ ਜਿਹੜੀ ਈਕੋ ਬੂਸਟ ਹੁੰਦੀ ਹੈ ਨਾ ਨੋਰਮਲ ਉਹਦੇ ਵਿੱਚ ਛੋਟੀ ਹੁੰਦੀ ਜਿਹੜੀ ਪ੍ਰੀਮੀਅਮ ਆ ਜਾਂਦੀ ਆ ਉਹਦੇ ਵਿੱਚ ਮਤਲਬ ਕਿ ਵੱਡੀਆਂ ਆਉਂਦੀਆਂ ਸਕਰੀਨ ਅਜੇ ਆ ਮਤਲਬ ਕਿ ਈਕੋ ਬੂਸਟ ਆ ਕਰ ਲਈ ਇਹਦੇ 'ਚ ਇਹਨਾਂ ਨੇ ਫਿਰ ਵੀ ਮਤਲਬ ਕਿ ਵੱਡੀਆਂ ਸਕਰੀਨਾਂ ਸਾਰਾ ਕੁਝ ਪਾਇਆ ਵਾ ਇਹ ਗੋਡਾ ਚੀਜ਼ ਪਹਿਲੇ ਵਾਲੀ ਈਕੋ ਬੂਸਟ ਤੇ ਇਹ ਵਾਲੀ ਈਕੋ ਬੂਸਟ ਦੇ ਵਿੱਚ ਮਤਲਬ ਹੈਗਾ ਹਲੇ ਜੇ ਸਕਰੀਨ ਦੇ ਹਿਸਾਬ ਨਾਲ ਦੇਖੀਏ ਜ਼ਮੀਨ ਆਸਮਾਨ ਦਾ ਫਰਕ ਆ ਤੇ ਬਹੁਤ ਫਰਕ ਆ ਇਹਨਾਂ ਮਤਲਬ ਕਾਫੀ ਵੱਡੀਆਂ ਅਗਰ ਦੂਜੀਆਂ ਗੱਡੀਆਂ ਤੋਂ ਵੀ ਕੰਪੇਅਰ ਕੀਤਾ ਜਾਏ ਆਪਾਂ ਤੇ ਇੰਨੀ ਵੱਡੀ ਡਿਸਪਲੇ ਮਤਲਬ ਕਿ ਬਹੁਤ ਮਤਲਬ ਘੱਟ ਗੱਡੀਆਂ ਵਿੱਚ ਅਗਰ ਦੇਖਿਆ ਜਾਏ ਨਾਲੇ ਉਸ ਤੋਂ ਬਾਅਦ ਤੁਹਾਨੂੰ ਬੇਸ ਮਾਡਲ ਦੇ ਵਿੱਚ ਹੀ ਐਂਬੀਐਂਸ ਲਾਈਟਿੰਗ ਵਗੈਰਾ ਮਿਲਦੀ ਆ ਇੰਨੇ ਵਧੀਆ ਫੀਚਰ ਵਗੈਰਾ ਮਿਲਦੇ ਹੈਗੇ ਆ ਬਟ ਫਿਰ ਵੀ ਕੀ ਨਾਲੇ ਜਿਹੜੀ ਸਭ ਤੋਂ ਮੇਨ ਗੱਲ ਹੈਗੀ ਜਦੋਂ ਮੈਂ ਵੀ ਸੋਚਦਾ ਹੁੰਦਾ ਸੀਗਾ ਕਈ ਵਾਰ ਮਸਟੈਂਗ ਲੈਣ ਦੀ ਤੇ ਜਿਵੇਂ ਹੁਣ ਮੈਂ ਆਪਣੀ ਗੱਡੀ ਇਹ ਚਲਾਉਣਾ ਆ ਜ਼ਿਆਦਾਤਰ ਮੇਰਾ ਧਿਆਨ ਫੋਨ ਦੇ ਵਿੱਚ ਹੀ ਹੁੰਦਾ ਆ ਲੇਨ ਅਸਿਸਟ ਵਗੈਰਾ ਦੀ ਲੋਡ ਪੈਂਦੀ ਹੈ ਇੱਕ ਸੱਚ ਇਹਦਾ ਮੇਨ ਫੀਚਰ ਜਿਹੜਾ ਹੈਗਾ ਵਾ ਇਹ ਲੇਨ ਅਸਿਸਟ ਇਹਨਾਂ ਨੇ ਪਾਇਆ ਹੋਇਆ ਵਾ ਲੇਨ ਅਸਿਸਟ ਦਾ ਮਤਲਬ ਕਿ ਕਾਫੀ ਫਾਇਦਾ ਵਾ ਅਗਰ ਮਤਲਬ ਆਪਾਂ ਰੋਡ ਤੇ ਜਾਂਦੇ ਆ ਕਿਸੇ ਵੇਲੇ ਥੋੜਾ ਬਹੁਤਾ ਮਤਲਬ ਕਿ ਫੋਨ ਜੇ ਆਪਾਂ ਨੂੰ ਚੱਕਣਾ ਪੈ ਗਿਆ ਜਾਂ ਕੋਈ ਚੀਜ਼ ਕਰਨੀ ਪੈ ਗਈ ਥੋੜੀ ਬਹੁਤੀ ਉਹ ਵਧੀਆ ਹੈਲਪ ਕਰਦਾ ਲੇਨ ਅਸਿਸਟ ਤੇ ਇਹ ਚੀਜ਼ ਦਾ ਬੈਨੀਫਿਟ ਆ ਹਾਂ ਬਾਕੀ ਕੀ ਕਹਿੰਦੇ ਹੁਣ ਇਹਦੇ ਵਿੱਚ ਅਡੈਪਟਿਵ ਕਰੂਜ਼ ਕੰਟਰੋਲ ਤਾਂ ਨਹੀਂ ਮੇਰਾ ਖਿਆਲ ਹੋਣਾ ਕਰੂਜ਼ ਨਾਰਮਲ ਹੈਗਾ ਆ ਕਰੂਜ਼ ਕੰਟਰੋਲ ਹੈਗਾ ਵਾ ਬਟ ਅਡੈਪਟਿਵ ਹੋਣਾ ਵੀ ਇਹ ਦੇਖਣਾ ਪੈਣਾ ਆ ਅਡੈਪਟਿਵ ਦਾ ਠੀਕ ਹੈ ਯੂਜੂਲੀ ਹੁੰਦਾ ਕੀ ਹੈਗਾ ਆ ਕਰੂਜ਼ ਕੰਟਰੋਲ ਦੇ ਵਿੱਚ ਅਡੈਪਟਿਵ ਦੇ ਵਿੱਚ ਤੁਹਾਨੂੰ ਪਤਾ ਅਗਲੀ ਗੱਡੀ ਰੁਕਦੀ ਆ ਤੇ ਉਹਦੇ ਹਿਸਾਬ ਨਾਲ ਮਤਲਬ ਕਿ ਇਹ ਸਪੀਡ ਐਡਜਸਟ ਕਰਦਾ ਅਗਰ ਮਤਲਬ ਕਿ ਅਗਲੀ ਘੱਟ ਸਪੀਡ 'ਚ ਜਾ ਰਹੀ ਆ ਤੇ ਉਹ ਵੀ ਉਹਦੇ ਸਪੀਡ ਦੇ ਹਿਸਾਬ ਨਾਲ ਐਡਜਸਟ ਕਰਕੇ ਉਹਨਾਂ ਗੈਪ ਰੱਖਦਾ ਵਿੱਚੋਂ ਗੱਡੀ ਦਾ ਬਾਕੀ ਇਹ ਜਿਹੜੀ ਇਸ ਵੇਲੇ ਗੱਡੀ ਹੈਗੀ ਇਹ ਤਾਂ ਕੀ ਕਹਿੰਦੇ ਨੇ ਤਕਰੀਬਨ 90 ਕਿਲੋਮੀਟਰ 80-90 ਕਿਲੋਮੀਟਰ ਚੱਲੀ ਹੋਈ ਆ ਨਵੀਂ ਗੱਡੀ ਆ ਹੱਲੇ ਮਾਰਕੀਟ ਦੇ ਵਿੱਚ ਇੰਨੀ ਜ਼ਿਆਦਾ ਹੈ ਨਹੀਂ ਕਿਤੇ ਰੋਡ ਦੇ ਉੱਤੇ ਵੀ ਤੁਹਾਨੂੰ ਜਮਾਂ ਹੀ ਨਹੀਂ ਦਿਖਣ ਨੂੰ ਮਿਲਦੀ ਹੈਗੀ ਤੇ ਕਹਿਣ ਦਾ ਮਤਲਬ ਵਧੀਆ ਆ
ਇਹ ਇਦਾਂ ਵਾ ਕਿ ਆਪਣੇ ਕੋਲ ਰਾਈਟ ਵੇ ਤੁਹਾਨੂੰ ਮਿਲ ਜੂਗੀ ਅਗਰ ਤੁਸੀਂ ਮਸਟੈਂਗ ਅਗਰ ਕਰਦੇ ਜੇ ਤੇ ਤੁਹਾਨੂੰ ਆਰਾਮ ਨਾਲ ਮਤਲਬ ਕਿ 7-8 ਮਹੀਨੇ ਆ ਵੇਟਿੰਗ ਬਹੁਤ ਹੈ ਮਤਲਬ ਲੋਕਾਂ ਨੇ ਪਹਿਲਾਂ ਤੋਂ ਬੁੱਕ ਕਰਾਈਆਂ ਹੋਈਆਂ ਵਾ ਜਿਹਨਾਂ ਨੂੰ ਮਿਲ ਰਹੀਆਂ ਹੁਣ ਤੇ ਆਪਣੇ ਕੋਲ ਰਾਈਟ ਵੇ ਖੜੀਆਂ ਤੇ ਉਸ ਤੋਂ ਬਾਅਦ ਜਿਵੇਂ ਹੁਣ ਇਹਦੀ ਕਿਸ਼ਤ ਵਗੈਰਾ ਤਾਂ ਜਿਹੜੀ ਆਪਣੀ ਬਣਦੀ ਆ ਉਹ ਤਾਂ ਓਬਵੀਅਸਲੀ ਜ਼ਿਆਦਾ ਹੋਣੀ ਨਵੀਂ ਬਟ ਜਿਹੜੀ ਆਪਾਂ 2023 ਵਾਲੀ ਹੈਗੀ ਆ ਇਕੋ ਬੂਸਟ ਵਾਲੀ ਪੁਰਾਣੀ ਕਿਸ਼ਤ ਜਿਹੜੀ ਆਪਣੇ ਕੋਲ ਖੜੀਆਂ ਆ ਜ਼ਿਆਦਾਤਰ ਜਿਵੇਂ ਦੇਖੋ 40,000 ਚੱਲੀਆਂ 50,000 ਉਹਨਾਂ ਦੀ ਕੀ ਬਣਦੀ ਉਹ ਤਾਂ ਹੁਣ ਗੱਡੀ ਦੇ ਇੱਕ ਤੇ ਆਪਣਾ ਕੀ ਮਾਡਲ ਤੇ ਡਿਪੈਂਡ ਕਰਦਾ ਵਾ ਅਗਰ ਆਪਾਂ ਮਤਲਬ ਕਿ ਬੇਸ ਮਾਡਲ 'ਚ ਜਾਈਏ ਇਕੋ ਬੂਸਟ ਦੇ ਵਿੱਚ ਤੇ ਉਸ ਤੋਂ ਬਾਅਦ ਆਪਣੇ ਕਿਰਾਈਡ ਤੇ ਡਿਪੈਂਡ ਕਰਦਾ ਵਾ ਕਿ ਕਿੱਦਾਂ ਵਾ ਅਗਰ ਆਪਣਾ ਸਾਰਾ ਕੁਝ ਮਤਲਬ ਕਿ ਗੋਡਾ ਤੇ ਮਤਲਬ ਸਟਾਰਟਿੰਗ ਤੁਸੀਂ ਲਾ ਦੋ 300 ਤੋਂ ਲੈ ਕੇ 400 ਦੇ ਵਿੱਚ ਮਤਲਬ ਕਿ ਆ ਜਾਂਦੀ ਹੈ ਸੋ ਕਹਿਣ ਦਾ ਮਤਲਬ ਕਿਸ਼ਤ ਬਾਕੀ ਤੁਹਾਡੇ ਡਿਪੈਂਡ ਕਰੇਗੀ ਗੱਡੀ ਦੀ ਜਿਹੜੀ ਵੀ ਹੈਗੀ ਆ ਉਹਦੇ ਵਿੱਚ ਵੀ ਡਿਪੈਂਡ ਕਰਦਾ ਵੀ ਕੀ ਕ੍ਰੈਡਿਟ ਸਕੋਰ ਹੈਗਾ ਆ ਕਿੱਦਾਂ ਆ ਸਾਰਾ ਬੈਂਕ ਦਾ ਕੀ ਇੰਟਰਸਟ ਰੇਟ ਹੈਗਾ ਆ ਕਿੰਨਾ ਪੁਰਾਣਾ ਹੈਗਾ ਬਿਲਕੁਲ ਬਿਲਕੁਲ ਇਹ ਸਾਰੀ ਚੀਜ਼ ਡਿਪੈਂਡ ਕਰਦੀ ਹਾਂ ਇਹ ਡਿਪੈਂਡ ਤੁਹਾਡੇ ਕ੍ਰੈਡਿਟ ਇਹ ਆ ਕਿ ਆਪਣਾ ਕ੍ਰੈਡਿਟ ਜਿੰਨਾ ਵਧੀਆ ਤੁਸੀਂ ਰੱਖੋਗੇ ਉਹਨਾਂ ਵਧੀਆ ਤੁਹਾਨੂੰ ਡੀਲ ਮਿਲ ਲੱਗੇ ਉਹਦੇ ਵਿੱਚ ਮਿਲੂਗੀ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਜੇ ਹੁਣ ਪੁਰਾਣੀ ਆਪਣੀ ਉਹ ਮਸਟੈਂਗ 23 ਵਾਲੀ ਇਕੋ ਬੂਸਟ ਵਾਲੀ ਵਧੀਆ ਆਪਾਂ ਨੂੰ 300 ਦੀ ਬਾਈ ਵੀਕਲੀ ਮਿਲਦੀ 600 ਮਹੀਨਾ ਹੋ ਗਿਆ ਤਕਰੀਬਨ ਹਾਂਜੀ ਜਿਹੜੀ ਪੁਰਾਣੀ ਹਾਂ ਜਿਹੜੀ ਪੁਰਾਣੀ ਜਿਹੜੀ 2023 ਮਾਡਲ ਲਾ ਲਈ ਆਪਾਂ ਉਹ 350 ਤੇ ਜਾਊਗੀ ਇਹਦੇ ਵਿੱਚ ਫਿਰ ਕਨਵਰਟੇਬਲ ਵਗੈਰਾ ਵੀ ਆਉਂਦੀ ਹੋਣੀ ਹਾਂ ਕਨਵਰਟੇਬਲ ਵੀ ਆ ਜਾਂਦੀ ਹੈ ਇਕੋ ਬੂਸਟ ਦੇ ਵਿੱਚ ਇਕੋ ਬੂਸਟ ਦੇ ਵਿੱਚ ਵੀ ਤੁਸੀਂ ਪ੍ਰੀਮੀਅਮ ਹੀ ਲੈਣੀ ਹੈ ਅਗਰ ਕੋਈ ਵੀ ਆ ਜਾਂਦੀ ਹੈ ਸਾਰਿਆਂ ਵਿੱਚ ਆ ਜਾਂਦਾ ਕਨਵਰਟੇਬਲ ਦੀ ਆਪਸ਼ਨ 5000 ਮਹਿੰਗੀ ਹੁੰਦੀ 5000 ਮਹਿੰਗੀ ਆ ਘੱਟ ਹੁੰਦਾ ਇੰਨਾ ਫਰਕ ਪੈ ਜਾਂਦਾ 5-7000 ਦਾ ਸੋ ਕਹਿਣ ਦਾ ਮਤਲਬ ਵੀ ਗੱਡੀ ਵਧੀਆ ਮੈਨੂੰ ਵੀ ਵਧੀਆ ਲੱਗੀ ਹੈਗੀ ਆ ਤੇ ਡਿੱਗੀ ਵਗੈਰਾ ਵੀ ਬੂਟ ਸਪੇਸ ਮਤਲਬ ਸਾਰਾ ਕੁਝ A to Z ਸੇਮ ਆ ਚੇਂਜ ਕੀ ਕੀਤਾ ਹੈਗੇ ਆ ਲਾਈਟਾਂ ਬਿਲਕੁਲ ਅੰਦਰਲਾ ਇੰਟੀਰੀਅਰ ਟੋਟਲੀ ਚੇਂਜ ਕੀਤਾ ਹੋਇਆ ਵਾ ਅਗਰ ਵੇਖਿਆ ਸਟੀਅਰਿੰਗ ਤੋਂ ਲੈ ਕੇ ਜੋ ਵੀ ਆਪਣਾ ਡਿਜੀਟਲ ਕਲਸਟਰ ਹੋ ਗਿਆ ਜਾਂ ਆਪਣੀ ਆ ਸਕਰੀਨ ਹੋ ਗਈ ਸਾਰਾ ਚੇਂਜ ਕੀਤਾ ਵਾ ਆਪਣੇ ਆ AC ਦੇ ਵੈਂਟ ਹੋ ਗਏ ਇਹ ਵੀ ਚੇਂਜ ਕਰਤੀ ਇਹਨਾਂ ਨੇ ਸ਼ੇਪ ਹੋ ਰਹੀ ਆ ਵੀ ਚੀਜ਼ ਮਤਲਬ ਕਿ ਟੋਟਲੀ ਜਿਹੜਾ ਹੈਗਾ ਵਾ ਆਪਣਾ ਡੈਸ਼ਬੋਰਡ ਚੇਂਜ ਵਧੀਆ ਆ ਕੋਈ ਪ੍ਰੋਬਲਮ ਨਹੀਂ ਹੈਗੀ ਗੱਡੀ ਸੋਹਣੀ ਹੈ ਨਵੀਂ ਲਓਗੇ ਤਾਂ ਵਧੀਆ ਇੱਦਾਂ ਰੋਡ ਦੇ ਉੱਤੇ ਪ੍ਰੈਜੈਂਸ ਵਧੀਆ ਬਾਕੀਆਂ ਦੇ ਨਾਲੋਂ ਹਾਂ ਇਹ ਪਤਾ ਲੱਗਦਾ ਕਿ 24 ਵਾਲੀ ਮਸਟੈਂਗ ਆ ਤੇ ਅਗਰ ਆਪਾਂ ਵੇਖਿਆ ਜਿਵੇਂ ਆਈਫੋਨ 13-14 ਤੇ 15 ਚ ਕੋਈ ਨਹੀਂ ਫਰਕ ਹੈਗਾ ਹਾਂ ਬਿਲਕੁਲ ਬਿਲਕੁਲ ਅਗਰ ਇਹਦੇ ਵਿੱਚ ਹੈਗਾ ਆ 18 ਵੇਖਿਆ 19-20-21 ਕਿਸੇ ਵੇਲੇ ਰੋਡ ਤੇ ਚੱਲਦੀ ਹੈ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਹਾਂ ਵੀ ਕਿੰਨਾ ਮਾਡਲ ਕਿੱਦਾਂ ਜਾ ਰਹੀ ਆ ਤੇ ਹੁਣ ਇਹ ਆ ਕਿ ਇਹਦੇ ਸ਼ੇਪ ਚੇਂਜ ਕੀਤੀ ਹੈ ਪਤਾ ਲੱਗਦਾ ਕਿ 24 ਵਾਲੀ ਮਸਟੈਂਗ ਬਾਕੀ ਜਿਹਨੂੰ ਵੀ ਕਿਸੇ ਨੂੰ ਕੁਐਸਚਨ ਹੈਗਾ ਤੁਸੀਂ ਬਾਈ ਹੁਣਾਂ ਕੋਲ ਆਓ ਇੱਥੇ ਇਹਨਾਂ ਕੋਲ ਗੱਡੀਆਂ ਸਾਰੀਆਂ ਖੜੀਆਂ ਨੇ ਸਾਰੀਆਂ ਨਵੀਆਂ A to Z ਸਾਰੀਆਂ ਪੁਰਾਣੀਆਂ ਜਿੰਨੀਆਂ ਵੀ ਵਧੀਆ ਸੈਗਮੈਂਟ ਦੀਆਂ ਗੱਡੀਆਂ ਕੋਈ ਵੀ ਗੱਡੀ ਤੁਹਾਨੂੰ ਚਾਹੀਦੀ ਹੈ ਅਗਰ ਆਪਣੇ ਕੋਲ ਨਹੀਂ ਵੀ ਹੈਗੀ ਉਹ ਵੀ ਆਪਾਂ ਅਰੇਂਜ ਕਰਾ ਦਿੰਦੇ ਹਾਂ ਬਾਕੀ ਮੇਰਾ ਨਾਲ ਲੈ ਕੇ ਆਓਗੇ ਡਿਸਕਾਊਂਟ ਤੁਹਾਨੂੰ ਮਿਲ ਜਾਊਗਾ ਹਾਂਜੀ ਤਾਂ ਪਹਿਲਾਂ ਤੁਸੀਂ ਡੀਲ ਬਣਾ ਲਿਓ ਆਪਣੀ ਸਾਰੀ A to Z ਫਿਰ ਉਸ ਤੋਂ ਬਾਅਦ ਕਹੀਓ ਵੀ ਨਹੀਂ ਭਾਈ ਜਸਵੀਰ ਜੀ ਨੇ ਭੇਜਿਆ ਹੈਗਾ ਅੱਛਾ ਜੀ ਫਿਰ ਤੁਹਾਨੂੰ ਦੱਸੂਗੇ ਵੀ ਯਾਰ ਉਹ ਤੁਹਾਨੂੰ ਤਾਂ ਪਹਿਲਾਂ ਡਿਸਕਾਊਂਟ ਦਿੱਤਾ ਸਾਰਾ ਕਹਿੰਦਾ ਮਤਲਬ ਤੁਸੀਂ ਆ ਸਕਦੇ ਹੋ ਇੱਥੇ ਤੇ ਵਧੀਆ ਸਾਰਾ ਹਿਸਾਬ ਕਿਤਾਬ ਹੈਗਾ ਆ ਵਧੀਆ ਚਾਹ ਪਾਣੀ ਪਿਲਾਓਗੇ ਮੈਂ ਤਾਂ ਹਲੇ ਤੱਕ ਆਇਆ 2 ਘੰਟੇ ਹੋ ਗਏ ਹਲੇ ਪਾਣੀ ਪੀਤਾ ਨੀ ਚਾਹ ਨਾ ਨਾ ਚਿਪਸ ਖਵਾਏ ਤਾਂ ਨਹੀਂ ਯਾਰ ਇਦਾਂ ਨਾ ਕੋ ਯਾਰ ਚਾਹ ਤੁਹਾਨੂੰ ਪੁੱਛੀ ਮੈਂ ਤੁਸੀਂ ਕਿਹਾ ਨਹੀਂ ਪੀਣੀ ਤੇ ਬਾਕੀ ਵਧੀਆ ਆ ਕੋਈ ਦਿੱਕਤ ਨਹੀਂ ਹੈਗੀ ਵਧੀਆ ਲੱਗੀ ਗੱਡੀ ਬਾਕੀ ਹੁਣ ਜੇ ਕਿਸੇ ਦਿਨ ਰੋਡ ਤੇ ਭਿਆਵਾਂ ਭਿਵਾਂਗੇ ਫੇਰ ਪਤਾ ਲੱਗੂਗਾ ਹਾਂ ਰੋਡ ਤੇ ਇਹਦਾ ਵਧੀਆ ਹੁਣ ਟਾਇਰ ਪ੍ਰੈਸ਼ਰ ਵਗੈਰਾ ਵੀ ਸਾਰਾ ਦੱਸਦੀ ਹੈਗੀ ਆ ਸਾਰਾ ਕੁਝ ਘੰਟਾ ਮਤਲਬ ਓਵਰਆਲ ਮਤਲਬ ਸਟੂਡੈਂਟ ਲੈ ਸਕਦੇ ਨਹੀਂ ਲੈ ਸਕਦੇ ਲੈਣੀ ਚਾਹੀਦੀ ਦੇਖੋ ਬਾਈ ਸਟੂਡੈਂਟ ਜਾਂ ਆਪਣਾ ਉਹ ਨਹੀਂ ਮੈਟਰ ਕਰਦਾ ਕਿ ਸਟੂਡੈਂਟ ਆ PR ਆ ਬੰਦੇ ਦੀ ਅਫੋਰਡੇਬਿਲਟੀ ਤੇ ਡਿਪੈਂਡ ਕਰਦਾ ਵਾ ਕਿ ਅਫੋਰਡ ਕਰ ਸਕਦਾ ਵਾ ਕਿ ਨਹੀਂ ਹਨਾ ਕਿ ਅਗਲਾ ਕਿੰਨਾ ਕੰਮ ਕਰ ਰਿਹਾ ਵਾ ਇੰਨੀ ਸੇਵ ਹੋ ਰਿਹਾ ਉਹਦਾ ਤੇ ਇੰਨੇ ਪੈਸੇ ਬਚ ਰਹੇ ਆ ਮੈਂ ਅਫੋਰਡ ਕਰ ਸਕਦਾ ਕਿ ਨਹੀਂ ਅੱਜ ਦੀ ਤਰੀਕ ਦੇ ਵਿੱਚ ਅਫੋਰਡੇਬਿਲਟੀ ਕਰਨਾ ਜਿਹੜਾ ਹੈਗਾ ਆ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਲੋਕੀ ਕਹਿੰਦੇ ਕੰਮ ਨਹੀਂ ਮਿਲਦਾ ਕੰਮ ਨਹੀਂ ਮਿਲਦਾ ਕੰਮ ਬਥੇਰਾ ਹੈ ਬੰਦਾ ਕਰਨ ਵਾਲਾ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਦੇਖੋ ਸਟੇਟਸ ਤੇ ਨਹੀਂ ਮੈਟਰ ਕਰਦਾ ਹੁਣ ਮੈਂ ਵੀ ਸਟੂਡੈਂਟ ਆ ਜੇ ਮੇਰਾ ਮਤਲਬ ਕਿ ਰਹਿੰਦੇ ਸਟੱਡੀ ਤੇ ਮੈਂ ਵੀ ਹਨਾ ਰੱਖੀ ਹੋਈ ਆ ਹੁਣ ਆਪਣੇ ਉਹੀ ਹੈ ਕਿ ਅਫੋਰਡੇਬਿਲਟੀ ਤੇ ਡਿਪੈਂਡ ਆ ਮੈਨੂੰ ਵੀ ਮਤਲਬ ਕਿ ਜਦੋਂ ਮੈਂ ਆਇਆ ਹਾਂ ਉਦੋਂ ਨਹੀਂ ਅਫੋਰਡ ਕਰ ਸਕਦਾ ਮੈਨੂੰ ਸਾਲ ਹੋ ਗਿਆ ਹਨਾ ਤੇ ਜਦੋਂ ਹੁਣ ਮੈਨੂੰ ਲੱਗਿਆ ਕਿ ਹਾਂ ਅਫੋਰਡ ਕਰ ਸਕਦਾ ਮੈਂ ਸਾਰੀ ਚੀਜ਼ ਵੇਖੀ ਤੇ ਉਦੋਂ ਜਾ ਕੇ ਮਿਲਾਈ ਆ ਤੇ ਨਹੀਂ ਤੇ ਮੈਨੂੰ ਸਾਲ ਹਨਾ ਇੱਥੇ ਕੰਮ ਕਰਦੇ ਹੋਏ ਮੈਂ ਹੀ ਵੇਖੋ ਵੇਖੀ ਹਾਂ ਵੀ ਨਹੀਂ ਆ ਗੱਡੀ ਚੱਕਦੇ ਇੱਦਾਂ ਕਰਦੇ ਉੱਦਾਂ ਨਾਲੇ ਤੁਹਾਨੂੰ ਇੱਦਾਂ ਤੁਹਾਨੂੰ ਉੱਦਾਂ ਵੀ ਜੀ ਨਹੀਂ ਕਰਦਾ ਹੋਣਾ ਵੀ ਯਾਰ ਆ ਵੀ ਚਲਾ ਲਈ ਆ ਜਾ ਵੀ ਚਲਾ ਲਈ ਉਹ ਚੀਜ਼ ਤੇ ਹਾਂ ਵੀ ਚਲਾ ਲਈ ਗੱਡੀ ਥੋੜਾ ਉਹ ਚਾਹ ਥੋੜਾ ਹੋ ਜਾਂਦਾ ਆਹੋ ਥੋੜਾ ਢਿੱਲਾ ਪੈ ਜਾਂਦਾ ਹੁਣ ਜਿਹੜਾ ਨਵਾਂ ਬੰਦਾ ਹੈਗਾ ਉਹਨੇ ਕਹਿਣਾ ਯਾਰ ਨਹੀਂ ਆਪਾਂ ਅੱਜ ਲਈ ਆ ਨਹੀਂ ਦੇਖੋ ਹੁਣ ਬੰਦੇ ਨਾ ਗੱਡੀ ਯੂਸੇਜ ਤੇ ਡਿਪੈਂਡ ਕਰਦਾ ਹੁਣ ਕਈਆਂ ਨੇ ਹੁਣ ਗੱਡੀ ਦੂਸਰੇ ਲਈ ਆ ਕੌੜੀਆਂ ਲੈਣੀਆਂ ਉਹਨਾਂ ਨੂੰ ਚਾਹੀਦਾ ਵੀ ਕਿਤੇ ਦੂਰ ਕੰਮ ਤੇ ਜਾਂਦੇ ਆ ਜਾਂ ਮਤਲਬ ਕੋਈ ਓਵਰ ਵਗੈਰਾ ਕਰਦੇ ਸਕਿਪ ਵਗੈਰਾ ਕਰਦੇ ਆ ਤੇ ਪਰ ਮੇਰਾ ਸਕੈਜੂਲ ਉਹ ਨਹੀਂ ਆ ਮੈਂ ਵੇਖਿਆ ਕਿ ਮੈਂ ਅਗਰ ਦੂਜੀ ਗੱਡੀ ਲੈਣਾ ਵਾ ਮੈਨੂੰ ਉਹਦਾ ਵੀ ਖਰਚਾ ਉਹ ਪੈਣਾ ਵਾ ਤੇ ਅਗਰ ਮੈਂ ਲੈਣਾ ਮੈਨੂੰ ਇਹਦਾ ਵੀ ਖਰਚਾ ਉਹ ਪੈਣਾ ਤੇ ਤਾਂ ਕਰਕੇ ਫਿਰ ਮੈਂ ਕਿਹਾ ਚੱਲ ਇਹੋ ਲੈ ਲੈਂਦੇ ਨਾਲ ਸ਼ੌਂਕ ਵੀ ਪੂਰਾ ਹੋ ਜਾਊਗਾ ਤੇ ਨਾਲ ਚਲੋ ਗੱਡੀ ਤਾਂ ਉਦਾਂ ਚਾਹੀਦੀ ਇਸ ਤੋਂ ਬਾਅਦ ਬਾਈ ਦੀ ਵੀ ਗੱਡੀ ਦੇਖਦੇ ਆ ਤੁਹਾਨੂੰ ਦਿਖਾਉਂਦੇ ਆ ਵੀ ਕਿੰਨਾ ਕੁ ਫਰਕ
ਤੇ ਤੁਹਾਨੂੰ ਅੰਦਰੇ ਆ ਕੇ ਬਾਕੀ ਚੀਜ਼ਾਂ ਵੀ ਦਿਖਾਉਂਦੇ ਹਾਂ, ਦੂਜੀ ਗੱਡੀ ਵੀ ਦਿਖਾਉਂਦੇ ਹਾਂ ਅਤੇ ਵੀ ਵੀਡੀਓ ਕਰਦੇ ਹਾਂ ਖਤਮ। ਇਹਦੇ ਵਿੱਚ ਜੇ ਤੁਹਾਨੂੰ ਕਿਸੇ ਨੂੰ ਵੀ ਕੁਐਸਚਨ ਹੈਗਾ ਇੰਸਟਾਗ੍ਰਾਮ ਦਾ ਤੁਹਾਨੂੰ ਲਿੰਕ ਪਤਾ ਹੀ ਹੈ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਹਾਂ ਸਬਸਕ੍ਰਾਈਬ, ਲੱਖ ਸਬਸਕ੍ਰਾਈਬਰ ਕਰ ਦਈਏ, ਮੈਨੂੰ ਬਹੁਤ ਦੇਰ ਹੋ ਗਈ ਜਾਂਦੇ ਨੂੰ ਆਹੋ। ਹਾਂ ਅਤੇ ਕਿੱਥੇ ਲਾਈਏ ਕਿੱਥੇ ਗੱਡੀ? ਗੱਡੀ ਇੱਥੇ ਲਾ ਦਿਓ ਪਿੱਛੇ ਕਰਕੇ ਕੋਈ ਨਾ, ਇਹਨੂੰ ਵੀਡੀਓ ਦੀਆਂ ਰੀਲਾਂ ਰੂਲਾਂ ਵੀ ਬਣਾਉਂਦੇ ਹਾਂ। ਹੁਣ ਵੀਡੀਓ ਪਾਈ ਨਹੀਂ ਹੈ, ਪਹਿਲੀ ਵੀਡੀਓ ਹੈ ਤੁਹਾਡੀ ਬਣੀ ਆ। ਕੀ ਗੱਡੀ ਦੀ? ਇੱਦਾਂ ਹੀ ਆ ਫਿਰ ਯਾਰ, ਹੁਣ ਸਪੈਸ਼ਲ ਅੱਜ ਗੱਡੀ ਦੀ ਵੀਡੀਓ ਬਣਾਉਣੀ ਆਏ ਆ। ਇਹ ਤਾਂ ਕੀ ਕਹਿੰਦੇ ਨੇ ਭਾਈ ਨਾਲ ਗੱਲ ਕਰਕੇ ਦੇਖ ਲੈਂਦੇ, ਭਾਈ ਜੇ ਬਾਹਰ ਲੈ ਕੇ ਜਾਣ ਨੂੰ ਕਹਿੰਦੇ ਆ, ਫਿਰ ਇੱਕ ਵਾਰ ਇਹਦੇ ਚੀਕਾਂ ਕਢਾਉਂਦੇ ਆ। ਕਿੱਧਰ ਲਾਉਣੀ ਹੈ? ਇੱਥੇ ਲਾ ਦਿਓ ਬਸ, ਸ਼ਾਮੀ ਜੀ ਪੈਕ ਕਰਕੇ ਲਾ ਦਈਏ। ਪਿਕਅਪ ਬਹੁਤ ਆ ਯਾਰ ਵੈਸੇ ਇਹਦੀ, ਹੈ ਨਾ? ਬਿਲਕੁਲ, ਵੈਸੇ ਤਾਂ ਘੁਮਾਉਣੀ ਤਾਂ ਮੈਂ ਨਹੀਂ ਚਾਹੁੰਦਾ ਹੈਗਾ। ਦੇਖੋ ਮੁੜੀ ਭਾਈ ਨੇ, ਹੋਰ ਬਾਈ ਤੁਸੀਂ ਵੀ ਆਓ ਦੇਖੋ ਗੱਡੀਆਂ ਸਾਰੀਆਂ, ਲਓ ਨਜ਼ਾਰੇ। ਇੱਦਾਂ ਨਹੀਂ ਰੋਡ 'ਤੇ ਹੁਣ ਵੇਖ ਟਰੈਫਿਕ ਹੋ ਗਈ ਪਲਕੂਗਾ। ਇਹ ਦੇਖੋ ਦਿਨ ਮੈਂ ਬੈਕ ਕਰਦਾ ਕਰਦਾ ਕਿੰਨੀ ਬੈਕ ਹੋ ਗਈ, ਰੇਸ ਮੈਂ ਖਿੱਚ ਦਿੱਤੀ ਸੀਗੀ ਅਤੇ ਉਹ ਕਰਵ 'ਤੇ ਆ ਗਈ ਵੱਜੀ, ਪਰ ਉਹ ਗੱਡੀ ਕਿਸੇ ਦੀ ਸੀ। ਚਲੋ ਜੀ ਆਇਓ, ਪਰ ਇੱਥੇ ਵੀ ਉੱਦਾਂ ਹੀ ਆ ਵੀ ਉਤਰਨਾ ਮੁਸ਼ਕਿਲ ਆ, ਹੱਥ ਥੱਲੇ ਲੱਗ ਹੀ ਜਾਂਦੇ ਜ਼ਮੀਨ ਦੇ ਉੱਤੇ ਜੇ ਉਤਰਨਾ ਹੋਵੇ। ਵਧੀਆ, ਆਇਓ ਬਾਹਰ ਨੂੰ ਘੁੰਮ ਕਰਦੇ, ਬੰਦ ਬਟਨ ਕਰਦੇ। ਆ ਦੇਖੋ ਜੀ ਚਾਬੀ ਦਿਖਾਉਣੀ ਭੁੱਲ ਗਏ ਸੀਗੇ, ਚਾਬੀ ਦੇ ਵਿੱਚ ਇਹ ਉਹੀ ਵਾਲੇ ਸਾਰੇ ਬਟਨ ਹੈਗੇ ਆ, ਸੇਮ ਹੀ ਆ ਚਾਬੀ, ਅਤੇ ਔਨ ਊਨ ਇੱਦਾਂ ਹੁੰਦੀ ਨਹੀਂ ਹੈਗੀ, ਬਸ ਆਹੀ ਆ ਜੋ ਹੈਗਾ। ਅਤੇ ਆ ਦੇਖੋ ਆਹ ਲਾਈਟਾਂ ਕਿਉਂ ਨਹੀਂ ਬੰਦ ਹੁੰਦੀਆਂ? ਇਹ ਆਪਣੇ ਆਪ ਥੋੜ੍ਹੀ ਦੇਰ 'ਚ ਬੰਦ ਹੁੰਦੀ। ਠੀਕ, ਚਲੋ ਜੀ ਗੱਡੀ ਦੀਆਂ ਲਾਈਟਾਂ ਦੇਖ ਲਓ ਜੀ, ਆਹ ਚਮਕਦੀਆਂ ਪਈਆਂ ਨੇ, ਇਹ ਆਹ ਦੇਖੋ ਇਹ ਆਉਂਦੀਆਂ ਨੇ। ਚੱਲਦੀ ਤੁਸੀਂ ਦੇਖੋ ਕਿੱਦਾਂ।